ਬੀਤੇ ਕੱਲ੍ਹ 12 ਵਜੇ ਦੇ ਕਰੀਬ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜੇਜੋਂ ਦੇ ਵਿੱਚ ਇੱਕ ਮੰਦਭਾਗਾ ਹਾਦਸਾ ਹੋਇਆ ਸੀ, ਜਿਸ ਦੇ ਵਿੱਚ 9 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਇੱਕ ਜੋ ਬੱਚਾ ਸੀ ਛੋਟਾ ਉਸਨੂੰ ਬਚਾ ਲਿਆ ਗਿਆ ਸੀ ਅਤੇ 2 ਲੋਕਾਂ ਦੀ ਹਾਲੇ ਵੀ ਭਾਲ ਕੀਤੀ ਜਾ ਰਹੀ ਹੈ। SDRF ਦੀ ਟੀਮ ਦੇ ਵੱਲੋਂ ਹਾਲੇ ਵੀ ਸਰਚ ਅਭਿਆਨ ਚਲਾਇਆ ਗਿਆ ਹੈ, ਪਰ ਹਾਲੇ ਤੱਕ ਉਹ 2 ਡੈੱਡ ਬੋਡੀਆਂ ਦੀ ਕੋਈ ਵੀ ਕਲੂ ਨਹੀਂ ਮਿਲ ਪਾਇਆ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹਾਂ SDRF ਦੀ ਟੀਮ ਵੱਲੋਂ ਡੋਗ ਸਕੋਡ ਵੀ ਲਿਆਂਦਾ ਗਿਆ ਹੈ ਤਾਂ ਜੋ 2 ਡੈੱਡ ਬੋਡੀਆਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਰਿਕਵਰ ਕਰ ਲਿਆ ਜਾਵੇ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹਾਂ SDRF ਦੀ ਟੀਮ ਵੱਲੋਂ ਡੋਗ ਦੀ ਮਦਦ ਲਈ ਜਾ ਰਹੀ ਹੈ ਕਿ ਡੋਗ ਦੀ ਮਦਦ ਦੇ ਨਾਲ ਹੋ ਸਕਦਾ ਹੈ ਕਿ ਜਿਹੜੀਆਂ 2 ਡੈੱਡ ਬੋਡੀਆਂ ਨੇ ਉਹ ਮਿਲ ਸਕਣ। ਪ੍ਰਸ਼ਾਸਨ ਵੱਲੋਂ ਹਰ ਉਹ ਇੱਕ ਇਕੁਪਮੈਂਟ ਵਰਤਿਆ ਜਾ ਰਿਹਾ ਹੈ ਜਿਸ ਨਾਲ ਕਿ ਜੋ ਡੈੱਡ ਬੋਡੀਆਂ ਹਲੇ ਰਿਕਵਰ ਕਰਨ ਲਈ ਰਹਿੰਦੀਆਂ ਨੇ ਉਹ ਜਲਦ ਤੋਂ ਜਲਦ ਮਿਲ ਸਕਣ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹਾਂ SD ਡੋਗ ਸਕੋਟ ਦੀ ਮਦਦ ਲਈ ਜਾ ਰਹੀ ਹੈ ਤਾਂ ਜੋ ਉਹ 2 ਡੈੱਡ ਬੋਡੀਆਂ ਨੇ ਉਹਨਾਂ ਨੂੰ ਰਿਕਵਰ ਕੀਤਾ ਜਾ ਸਕੇ। ਅਧਿਕਾਰੀਆਂ ਦੇ ਨਾਲ ਅਸੀਂ ਗੱਲ ਵੀ ਕੀਤੀ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਪਾਣੀ ਆਉਂਦਾ ਹੈ ਪਾਣੀ ਦੇ ਨਾਲ ਬਹਿ ਕੇ ਬਹੁਤ ਸਾਰਾ ਰੇਤਾ ਵੀ ਵਾਪਸ ਆ ਜਾਂਦਾ ਹੈ ਜਿਸ ਦੇ ਨਾਲ ਹੋ ਸਕਦਾ ਹੈ ਡੈੱਡ ਬੋਡੀ ਕਿਸੇ ਰੇਤੇ ਦੇ ਥੱਲੇ ਦੱਬੀ ਹੋਵੇ। ਇਸ ਕਾਰਨ ਹੀ ਡੋਗ ਨੂੰ ਲਿਆਂਦਾ ਗਿਆ ਹੈ ਅਤੇ ਪ੍ਰਸ਼ਾਸਨ ਕੋਈ ਵੀ ਅਜਿਹੀ ਕਸਰ ਨਹੀਂ ਛੱਡਣੀ ਚਾਹੁੰਦਾ ਤਾਂ ਜੋ ਡੈੱਡ ਬੋਡੀਆਂ ਲੱਭ ਕੇ ਜਲਦ ਤੋਂ ਜਲਦ ਪਰਿਵਾਰ ਦੇ ਹਵਾਲੇ ਕੀਤੀਆਂ ਜਾਣ। ਪੰਜਾਬ ਸਰਕਾਰ ਵੱਲੋਂ 4-4 ਲੱਖ ਦਾ ਮੁਆਵਜ਼ਾ ਵੀ ਜੋ ਮਰਨ ਵਾਲੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਦਿੱਤਾ ਗਿਆ ਹੈ। ਨਾਲ ਹਿਮਾਚਲ ਪ੍ਰਦੇਸ਼ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਦੋਂ ਤੱਕ ਡੈੱਡ ਬੋਡੀਆਂ ਲੱਭਦੀਆਂ ਨੇ ਅਤੇ ਪਰਿਵਾਰ ਦੇ ਹਵਾਲੇ ਕੀਤੀਆਂ ਜਾਂਦੀਆਂ ਨੇ। ਬੀਤੇ ਕੱਲ੍ਹ 12 ਵਜੇ ਦੇ ਕਰੀਬ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜੇਜੋਂ ਦੇ ਵਿੱਚ ਇੱਕ ਮੰਦਭਾਗਾ ਹਾਦਸਾ ਹੋਇਆ ਸੀ, ਜਿਸ ਦੇ ਵਿੱਚ 9 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਇੱਕ ਜੋ ਬੱਚਾ ਸੀ ਛੋਟਾ ਉਸਨੂੰ ਬਚਾ ਲਿਆ ਗਿਆ ਸੀ ਅਤੇ 2 ਲੋਕਾਂ ਦੀ ਹਾਲੇ ਵੀ ਭਾਲ ਕੀਤੀ ਜਾ ਰਹੀ ਹੈ। SDRF ਦੀ ਟੀਮ ਦੇ ਵੱਲੋਂ ਹਾਲੇ ਵੀ ਸਰਚ ਅਭਿਆਨ ਚਲਾਇਆ ਗਿਆ ਹੈ, ਪਰ ਹਾਲੇ ਤੱਕ ਉਹ 2 ਡੈੱਡ ਬੋਡੀਆਂ ਦੀ ਕੋਈ ਵੀ ਕਲੂ ਨਹੀਂ ਮਿਲ ਪਾਇਆ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹਾਂ SDRF ਦੀ ਟੀਮ ਵੱਲੋਂ ਡੋਗ ਸਕੋਡ ਵੀ ਲਿਆਂਦਾ ਗਿਆ ਹੈ ਤਾਂ ਜੋ 2 ਡੈੱਡ ਬੋਡੀਆਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਰਿਕਵਰ ਕਰ ਲਿਆ ਜਾਵੇ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹਾਂ SDRF ਦੀ ਟੀਮ ਵੱਲੋਂ ਡੋਗ ਦੀ ਮਦਦ ਲਈ ਜਾ ਰਹੀ ਹੈ ਕਿ ਡੋਗ ਦੀ ਮਦਦ ਦੇ ਨਾਲ ਹੋ ਸਕਦਾ ਹੈ ਕਿ ਜਿਹੜੀਆਂ 2 ਡੈੱਡ ਬੋਡੀਆਂ ਨੇ ਉਹ ਮਿਲ ਸਕਣ। ਪ੍ਰਸ਼ਾਸਨ ਵੱਲੋਂ ਹਰ ਉਹ ਇੱਕ ਇਕੁਪਮੈਂਟ ਵਰਤਿਆ ਜਾ ਰਿਹਾ ਹੈ ਜਿਸ ਨਾਲ ਕਿ ਜੋ ਡੈੱਡ ਬੋਡੀਆਂ ਹਲੇ ਰਿਕਵਰ ਕਰਨ ਲਈ ਰਹਿੰਦੀਆਂ ਨੇ ਉਹ ਜਲਦ ਤੋਂ ਜਲਦ ਮਿਲ ਸਕਣ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹਾਂ SD ਡੋਗ ਸਕੋਟ ਦੀ ਮਦਦ ਲਈ ਜਾ ਰਹੀ ਹੈ ਤਾਂ ਜੋ ਉਹ 2 ਡੈੱਡ ਬੋਡੀਆਂ ਨੇ ਉਹਨਾਂ ਨੂੰ ਰਿਕਵਰ ਕੀਤਾ ਜਾ ਸਕੇ। ਅਧਿਕਾਰੀਆਂ ਦੇ ਨਾਲ ਅਸੀਂ ਗੱਲ ਵੀ ਕੀਤੀ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਪਾਣੀ ਆਉਂਦਾ ਹੈ ਪਾਣੀ ਦੇ ਨਾਲ ਬਹਿ ਕੇ ਬਹੁਤ ਸਾਰਾ ਰੇਤਾ ਵੀ ਵਾਪਸ ਆ ਜਾਂਦਾ ਹੈ ਜਿਸ ਦੇ ਨਾਲ ਹੋ ਸਕਦਾ ਹੈ ਡੈੱਡ ਬੋਡੀ ਕਿਸੇ ਰੇਤੇ ਦੇ ਥੱਲੇ ਦੱਬੀ ਹੋਵੇ। ਇਸ ਕਾਰਨ ਹੀ
ਡੋਗ ਨੂੰ ਲਿਆਂਦਾ ਗਿਆ ਹੈ ਅਤੇ ਪ੍ਰਸ਼ਾਸਨ ਕੋਈ ਵੀ ਅਜਿਹੀ ਕਸਰ ਨਹੀਂ ਛੱਡਣੀ ਚਾਹੁੰਦਾ ਤਾਂ ਜੋ ਡੈੱਡ ਬੋਡੀਆਂ ਲੱਭ ਕੇ ਜਲਦ ਤੋਂ ਜਲਦ ਪਰਿਵਾਰ ਦੇ ਹਵਾਲੇ ਕੀਤੀਆਂ ਜਾਣ। ਪੰਜਾਬ ਸਰਕਾਰ ਵੱਲੋਂ 4-4 ਲੱਖ ਦਾ ਮੁਆਵਜ਼ਾ ਵੀ ਜੋ ਮਰਨ ਵਾਲੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਦਿੱਤਾ ਗਿਆ ਹੈ। ਨਾਲ ਹਿਮਾਚਲ ਪ੍ਰਦੇਸ਼ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਦੋਂ ਤੱਕ ਡੈੱਡ ਬੋਡੀਆਂ ਲੱਭਦੀਆਂ ਨੇ ਅਤੇ ਪਰਿਵਾਰ ਦੇ ਹਵਾਲੇ ਕੀਤੀਆਂ ਜਾਂਦੀਆਂ ਨੇ।